ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 11ਵੀਂ ਕਲਾਸੀ ਪੰਜਾਬੀ ਦੀ ਕਿਤਾਬ ਲਾਜ਼ਮੀ ਪੰਜਾਬੀ, ਤੇ ਉਹਦੇ ਵਿੱਚੋਂ ਘੋੜੀਆਂ ਭਾਗ ਤੇ ਉਹਦਾ ਜਿਹੜਾ ਪਹਿਲਾ ਲੋਕ ਗੀਤ ਹੈਗਾ ਜੋ ਹੈ ਹਰਿਆਣੀ ਮਾਲਣ, ਉਹਦੇ ਬਾਰੇ ਆਪਾਂ ਅੱਜ ਪੜ੍ਹਾਂਗੇ। ਠੀਕ ਹੈ, ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਘੋੜੀਆਂ ਕੀ ਹੁੰਦੀਆਂ। ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ ਗੀਤ ਘੋੜੀਆਂ ਖਵਾਉਂਦੇ ਹਨ। ਇਹਨਾਂ ਲੋਕ ਗੀਤਾਂ ਵਿੱਚ ਜਿਹੜਾ ਵਿਆਹ ਵਾਲਾ ਮੁੰਡਾ ਹੁੰਦਾ ਹੈ, ਉਹਦੀ ਮਾਂ, ਭੈਣ ਅਤੇ ਹੋਰ ਨਜ਼ਦੀਕੀ ਰਿਸ਼ਤਿਆਂ ਦੀਆਂ ਇਸਤਰੀਆਂ ਵੱਲੋਂ ਮੁੰਡੇ ਦੇ ਖਾਨਦਾਨ ਦੀ ਵਡਿਆਈ ਕੀਤੀ ਜਾਂਦੀ ਹੈ। ਘੋੜੀਆਂ ਵਿੱਚ ਮੁੰਡੇ ਦੇ ਮਾਪਿਆਂ ਤੇ ਸੰਬੰਧੀਆਂ ਦਾ ਮੁੰਡੇ ਪ੍ਰਤੀ ਮੋਹ ਜਿਹੜਾ ਉਹ ਪ੍ਰਗਟਾਇਆ ਗਿਆ ਹੁੰਦਾ ਹੈ ਅਤੇ ਉਸਦੇ ਭਵਿੱਖ ਬਾਰੇ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ ਹੁੰਦੀਆਂ ਹਨ। ਠੀਕ ਹੈ, ਤੇ ਹੁਣ ਪਤਾ ਲੱਗ ਗਿਆ ਵੀ ਘੋੜੀਆਂ ਕੀ ਹੁੰਦੀਆਂ, ਜੋ ਵਿਆਹ ਦੇ ਦਿਨਾਂ ਵਿੱਚ ਵਿਆਹ ਵਾਲੇ ਮੁੰਡੇ ਦੇ ਘਰ ਇਸਤਰੀਆਂ ਦੇ ਦੁਆਰਾ ਗਾਏ ਜਾਣ ਵਾਲੇ ਲੋਕ ਗੀਤਾਂ ਨੂੰ ਕਿਹਾ ਜਾਂਦਾ ਹੈ। ਠੀਕ ਹੈ, ਇਹਨਾਂ ਵਿੱਚ ਮੁੰਡਾ ਉਹਦੇ ਖਾਨਦਾਨ ਦੀ ਵਡਿਆਈ ਕੀਤੀ ਜਾਂਦੀ ਹੈ। ਤਾਂ ਚਲੋ ਹੁਣ ਪਹਿਲਾਂ ਲੋਕ ਗੀਤ ਪੜ੍ਹਦੇ ਹਾਂ। ਹਰਿਆਣੀ ਮਾਲਣ। ਹਰਿਆਣੀ ਮਾਲਣ ਹਰਿਆਣੀ ਪਹਿਨੇ ਹਰਿਆ ਤੇ ਭਾਗੀ ਭਰਿਆ। ਇੱਥੇ ਹਰਿਆ ਜਿਹੜਾ ਹੈ ਉਹ ਵਿਆਹ ਵਾਲੇ ਮੁੰਡੇ ਬਾਰੇ ਕਿਹਾ ਗਿਆ ਹੈ ਜਿਹਦਾ ਵਿਆਹ ਹੋ ਰਿਹਾ ਹੈ, ਉਹਨੂੰ ਹਰਿਆ ਇਸ ਕਰਕੇ ਕਿਹਾ ਗਿਆ ਕਿਉਂਕਿ ਉਸਦੇ ਆਉਣ ਨਾਲ ਘਰ ਜਿਹੜਾ ਹਰਿਆ ਭਰਿਆ ਹੋ ਗਿਆ। ਮਾਲਣ ਕੌਣ ਹੈ? ਮਾਲਣ ਹੈ ਫੁੱਲਾਂ ਦਾ ਜਿਹੜਾ ਸਹਿਰਾ ਜਿਹੜਾ ਹੈ ਉਹ ਗੁੰਦ ਕੇ ਲਿਆਉਣ ਵਾਲੀ। ਠੀਕ ਹੈ, ਸਹਿਰਾ ਗੁੰਦ ਕੇ ਲਿਆਉਣ ਵਾਲੀ ਨੂੰ ਮਾਲਣ ਕਿਹਾ ਗਿਆ ਹੈ ਤੇ ਇਸ ਦਾ ਅਰਥ ਹੈਗਾ ਵਿਆਹ ਵਾਲੇ ਮੁੰਡੇ ਦੀ ਜਿਹੜੀ ਮਾਂ ਹੈ ਉਹ ਮਾਲਣ ਨੂੰ ਕਹਿੰਦੀ ਹੈ ਵੀ ਮੇਰਾ ਜਿਹੜਾ ਮੁੰਡਾ ਹੈ ਉਹ ਭਾਗਾ ਭਰਿਆ ਹੈ, ਚੰਗੀ ਕਿਸਮਤ ਵਾਲਾ ਹੈ। ਜਿਸ ਦਿਹਾੜੇ ਮੇਰਾ ਹਰਿਆ ਨਹੀਂ ਜੰਮਿਆ ਸੋਈਓ ਦਿਹਾੜਾ ਭਾਗੀ ਭਰਿਆ। ਮੁੰਡੇ ਦੀ ਮਾਂ ਮਾਲਣ ਨੂੰ ਕਹਿੰਦੀ ਹੈ ਵੀ ਜਿਸ ਦਿਹਾੜੇ ਜਿਸ ਟਾਈਮ ਮੇਰਾ ਜਿਹੜਾ ਮੁੰਡਾ ਹੈਗਾ ਉਹ ਜੰਮਿਆ ਸੀ ਉਹ ਦਿਨ ਬਹੁਤ ਭਾਗਾ ਭਰਿਆ ਸੀ। ਠੀਕ ਹੈ, ਜੰਮਦਾ ਤਾਂ ਹਰਿਆ ਪੱਟ ਲਪੇਟਿਆ ਕੁੱਛੜ ਦੇ ਉਹਦੀ ਮਾਈਆਂ। ਹੁਣ ਪੱਟ ਦਾ ਮਤਲਬ ਰੇਸ਼ਮ ਦੇ ਕੱਪੜੇ, ਠੀਕ ਹੈ, ਮਾਈਆਂ ਦਾ ਅਰਥ ਹੈ ਮਾਈਆਂ ਤੇ ਦਾਈਆਂ। ਤੇ ਇੱਥੇ ਕਿਹਾ ਗਿਆ ਜਦੋਂ ਮੁੰਡਾ ਜੰਮਿਆ ਸੀ ਤਾਂ ਉਸਨੂੰ ਰੇਸ਼ਮ ਦੇ ਕੱਪੜਿਆਂ ਵਿੱਚ ਲਪੇਟਿਆ ਗਿਆ ਤੇ ਮਾਈਆਂ ਤੇ ਦਾਈਆਂ ਨੇ ਉਸਨੂੰ ਕੁੱਛੜ ਦਿੱਤਾ, ਮਤਲਬ ਉਹਨੂੰ ਗੋਦੀ ਵਿੱਚ ਚੁੱਕਿਆ ਸੀ। ਨਾਤਾ ਤੇ ਤੋਤਾ ਹਰਿਆ ਪੱਟ ਲਪੇਟਿਆ ਕੁੱਛੜ ਦਿਓ ਸਕੀਆ ਭੈਣਿਆ। ਹੁਣ ਇੱਥੇ ਦੱਸਿਆ ਗਿਆ ਜੰਮਣ ਤੋਂ ਬਾਅਦ ਉਸ ਮੁੰਡੇ ਨੂੰ ਨਵਾਇਆ ਤੇ ਆਇਆ ਗਿਆ ਤੇ ਨਵਾ ਤੋਆ ਕੇ ਉਸਨੂੰ ਰੇਸ਼ਮ ਦੇ ਕੱਪੜੇ ਵਿੱਚ ਲਪੇਟਿਆ ਗਿਆ ਅਤੇ ਮੁੰਡੇ ਦੀਆਂ ਭੈਣਾਂ ਨੇ ਸਕੀਆਂ ਭੈਣਾਂ ਨੇ ਉਸਨੂੰ ਫਿਰ ਕੁੱਛੜ ਵਿੱਚ ਗੋਦੀ ਵਿੱਚ ਚੁੱਕਿਆ। ਅੱਗੇ ਕੀ ਕੁੱਝ ਮਿਲਿਆ ਦਾਈਆਂ ਤੇ ਮਾਈਆਂ, ਕੀ ਕੁੱਝ ਮਿਲਿਆ ਸਕੀਆਂ ਭੈਣਾਂ? ਇੱਥੇ ਦੱਸਿਆ ਗਿਆ ਜਿਨ੍ਹਾਂ ਦਾਈਆਂ ਤੇ ਮਾਈਆਂ ਨੇ ਬੱਚੇ ਦੀ ਦੇਖਭਾਲ ਕੀਤੀ ਤੇ ਗੋਦੀ ਵਿੱਚ ਚੁੱਕਿਆ ਉਹਨਾਂ ਨੂੰ ਕੀ ਕੀ ਮਿਲਿਆ ਤੇ ਇਸੇ ਤਰ੍ਹਾਂ ਮੁੰਡੇ ਦੀ ਸਕੀਆਂ ਭੈਣਾਂ ਨੂੰ ਕੀ ਕੁਛ ਮਿਲਿਆ, ਮਤਲਬ ਉਹਨੂੰ ਕਿਹੜੇ ਕਿਹੜੇ ਤੋਹਫੇ ਦਿੱਤੇ ਗਏ। 5 ਰੁਪਏ ਇਹਨਾਂ ਦਾਈਆਂ ਤੇ ਮਾਈਆਂ, ਪੱਟ ਦਾ ਤੇਵਰ ਸਕੀਆਂ ਭੈਣਾਂ। ਹੁਣ ਪੱਟ ਦਾ ਮਤਲਬ ਰੇਸ਼ਮ, ਤੇਵਰ ਦਾ ਮਤਲਬ ਹੁੰਦਾ ਹੈ 3 ਕੱਪੜੇ। ਕਿਹੜੇ ਕਿਹੜੇ 3 ਕੱਪੜੇ? ਸਲਵਾਰ ਕਮੀਜ਼ ਤੇ ਚੁੰਨੀ ਹੈਗੀ ਹੈ। ਠੀਕ ਹੈ, ਤੇ ਇੱਥੇ ਦੱਸਿਆ ਗਿਆ ਦਾਈਆਂ ਤੇ ਮਾਈਆਂ ਨੂੰ 5-5 ਰੁਪਏ ਦਿੱਤੇ ਗਏ ਤੇ ਸਕੀਆਂ ਭੈਣਾਂ ਨੂੰ ਰੇਸ਼ਮ ਦੇ ਕੱਪੜੇ ਦਿੱਤੇ ਗਏ। ਹੁਣ ਜਿਹੜੀ ਗੱਲ ਹੋ ਰਹੀ ਸੀ ਉਹ
ਉਹਦੇ ਜਨਮ ਦੇ ਬਾਰੇ ਗੱਲ ਹੋ ਰਹੀ ਸੀ। ਹੁਣ ਜਿਹੜਾ ਸੀਨ ਹੈ ਉਹ ਚੇਂਜ ਹੋ ਜਾਂਦਾ ਹੈ ਤੇ ਉਸ ਸੀਨ ਦੀ ਗੱਲ ਕੀਤੀ ਗਈ ਹੈ ਜਦੋਂ ਮਾਲਣ ਸਹਿਰਾ ਲੈ ਕੇ ਮੁੰਡੇ ਦੇ ਘਰ ਜਾਂਦੀ ਹੈ, ਵਿਆਹ ਵਾਲੇ ਮੁੰਡੇ ਦੇ। ਪੁੱਛਦੀ ਪੁਛਾਂਦੀ ਮਾਲਣ ਗਲੀ 'ਚ ਆਈ, ਸ਼ਾਦੀ ਵਾਲਾ ਘਰ ਕਿਹੜਾ? ਠੀਕ ਹੈ, ਹੁਣ ਜਿਹੜੀ ਮਾਲਣ ਹੈ ਮੁੰਡੇ ਦਾ ਸਹਿਰਾ ਤਿਆਰ ਕਰਕੇ ਉਹ ਜਾ ਰਹੀ ਹੈ ਤੇ ਉਹਨੂੰ ਇਹ ਨਹੀਂ ਪਤਾ ਵੀ ਮੁੰਡੇ ਦਾ ਘਰ ਕਿਹੜਾ ਹੈ। ਤੇ ਜਦੋਂ ਮਾਲਣ ਮੁੰਡੇ ਦਾ ਸਹਿਰਾ ਤਿਆਰ ਕਰਕੇ ਜਾਂਦੀ ਹੈ ਤਾਂ ਉਹ ਲੋਕਾਂ ਨੂੰ ਪੁੱਛਦੀ ਜਾਂਦੀ ਹੈ ਗਲੀ ਵਿੱਚ ਕਿ ਵਿਆਹ ਵਾਲਾ ਘਰ ਕਿਹੜਾ ਹੈਗਾ। ਉੱਚੜੇ ਤੰਬੂ ਮਾਲਣ ਸਬਜ ਕਨਾਤਾ ਸ਼ਾਦੀ ਵਾਲਾ ਘਰ ਇਹੋ। ਤੇ ਉੱਚੜੇ ਦਾ ਮਤਲਬ ਉੱਚੇ, ਸਬਜ ਦਾ ਮਤਲਬ ਹਰੇ ਰੰਗ ਦੀਆਂ, ਕਨਾਤਾ ਦਾ ਮਤਲਬ ਕੱਪੜੇ ਨਾਲ ਕੀਤੀ ਗਈ ਚਾਰ ਦੀਵਾਰੀ। ਠੀਕ ਹੈ, ਸ਼ਬਦ ਕਨਾਤਾ ਦਾ ਮਤਲਬ ਹੈ ਹਰੇ ਰੰਗ ਦੇ ਕੱਪੜੇ ਨਾਲ ਟੈਂਟ ਵਾਲਿਆਂ ਨੇ ਚਾਰ ਦੀਵਾਰੀ ਜਿਹੜੀ ਕੀਤੀ ਹੈ ਉਸ ਵਿਆਹ ਵਾਲੇ ਘਰ ਦੇ ਵਿੱਚ। ਤੇ ਇੱਥੇ ਦੱਸਿਆ ਗਿਆ ਮਾਲਣ ਨੂੰ ਦੱਸਿਆ ਜਾ ਰਿਹਾ ਕਿ ਜਿਸ ਘਰ ਵਿੱਚ ਉੱਚੇ ਤੰਬੂ ਤੇ ਹਰੀਆਂ ਕਨਾਤਾਂ ਲੱਗੀਆਂ ਹੋਈਆਂ ਹਨ ਉਹੀ ਵਿਆਹ ਵਾਲਾ ਘਰ ਹੈਗਾ। ਤੇ ਹੁਣ ਮਾਲਣ ਘਰ ਪਹੁੰਚ ਜਾਂਦੀ ਹੈ ਤੇ ਮੁੰਡੇ ਦੀ ਮਾਂ ਮਾਲਣ ਨੂੰ ਕਹਿੰਦੀ ਹੈ, ਆ ਮੇਰੀ ਮਾਲਣ ਬੈਠ ਦਲੀਜੇ ਕਰਨੀ ਸੇਰੇ ਦਾ ਮੁੱਲ। ਦਲੀਜੇ ਦਾ ਮਤਲਬ ਦਹਿਲੀਜ਼ ਤੇ ਬੈਠ ਜਾ, ਬੂਹੇ ਤੇ ਵਿਹੜੇ 'ਚ ਬੈਠ ਜਾ। ਤੇ ਮੁੰਡੇ ਦੀ ਮਾਂ ਮਾਲਣ ਨੂੰ ਕਹਿੰਦੀ ਹੈ ਵੀ ਸਾਡੀ ਦਹਿਲੀਜ਼ ਤੇ ਬੈਠ ਕੇ ਦੱਸ ਵੀ ਸੇਰੇ ਦਾ ਕੀ ਮੁੱਲ ਹੈ, ਸੇਰੇ ਦੀ ਕਿੰਨੀ ਕੀਮਤ ਹੈ। ਤੇ ਮਾਲਣ ਜਵਾਬ ਦਿੰਦੀ ਹੈ, 1 ਲੱਖ ਚੰਬਾ, 2 ਲੱਖ ਮਰੂਆ, 3 ਲੱਖ ਸਹਿਰੇ ਦਾ ਮੁੱਲ। ਮਾਲਣ ਕਹਿੰਦੀ ਹੈ ਵੀ 1 ਲੱਖ ਦੇ ਚੰਬੇ ਦੇ ਫੁੱਲ ਹੈਗੇ ਨੇ, ਠੀਕ ਹੈ, ਉਹਨਾਂ ਦੀ ਕੀਮਤ ਹੈ, 2 ਲੱਖ ਮਰੂਏ ਦੇ ਫੁੱਲਾਂ ਦਾ ਮੁੱਲ ਹੈਗਾ, ਤੇ ਇਸ ਤਰ੍ਹਾਂ ਸਹਿਰੇ ਦਾ ਜਿਹੜਾ ਫੁੱਲ ਮੁੱਲ ਹੈਗਾ ਉਹ 3 ਲੱਖ ਬਣਦਾ ਹੈ। ਠੀਕ ਹੈ, ਚੰਬੇ ਦੇ ਫੁੱਲ ਤੁਸੀਂ ਦੇਖੇ ਹੋਣਗੇ ਚਿੱਟੇ ਰੰਗ ਦੇ ਹੁੰਦੇ ਨੇ, ਇੱਥੋਂ ਨਾ ਯੈਲੋ ਕਲਰ ਦੇ ਹੁੰਦੇ ਅੰਦਰੋਂ। ਠੀਕ ਹੈ, ਮਰੂਏ ਦੇ ਫੁੱਲ ਜਿਹੜੇ ਹੁੰਦੇ ਨੇ ਉਹ ਪਰਪਲ ਜੇ ਰੰਗ ਦੇ ਹੁੰਦੇ ਨੇ, ਤੁਸੀਂ ਬਾਅਦ 'ਚ ਗੂਗਲ ਵੀ ਕਰ ਸਕਦੇ ਹੋ। ਤੇ ਹੁਣ ਮਾਲਣ ਜਿਹੜੀ ਹੈਗੀ ਹੈ ਉਹ ਇੰਨਾ ਜ਼ਿਆਦਾ ਮੁੱਲ ਕਿਉਂ ਦੱਸਦੀ ਹੈ ਸਹਿਰੇ ਦਾ? ਕਿਉਂਕਿ ਮੁੰਡੇ ਵਾਲੇ ਅਮੀਰ ਹੈਗੇ ਨੇ ਤੇ ਇਸੇ ਕਰਕੇ ਉਹਨੇ ਸਹਿਰੇ ਦਾ ਮੁੱਲ 3 ਲੱਖ ਰੁਪਏ ਦੱਸਿਆ ਹੈ। ਤੇ ਮੁੰਡੇ ਦੀ ਮਾਂ ਨੂੰ ਇਸ ਤੇ ਕੋਈ ਇਤਰਾਜ਼ ਨਹੀਂ ਤੇ ਮਾਲਣ ਨੂੰ ਕਹਿੰਦੀ ਹੈ, ਲੈ ਮੇਰੀ ਮਾਲਣ, ਬੰਨੀ ਸਹਿਰਾ, ਬੰਨੀ ਲਾਲ ਜੀ ਦੇ ਮੱਥੇ। ਤੇ ਮੁੰਡੇ ਦੀ ਮਾਂ ਮਾਲਣ ਨੂੰ ਕਹਿੰਦੀ ਹੈ ਵੀ ਤੂੰ ਮੇਰੇ ਲਾਲ ਨੂੰ, ਮੇਰੇ ਪੁੱਤਰ ਨੂੰ ਸਹਿਰਾ ਬੰਨ ਦੇ, ਮੱਥੇ ਤੇ ਸਹਿਰਾ ਜਿਹੜਾ ਹੈ ਉਹ ਲਾ ਦੇ, ਹਰਿਆਣੀ ਮਾਲਣ, ਹਰਿਆਣੀ ਭੈਣੇ, ਹਰਿਆ ਤੇ ਬਾਗੀ ਭਰਿਆ। ਮਤਲਬ ਇਹ ਮੁੰਡੇ ਦੀ ਮਾਂ ਜਿਹੜੀ ਹੈਗੀ ਹੈ ਉਹ ਮਾਲਣ ਨੂੰ ਕਹਿੰਦੀ ਹੈ ਵੀ ਮਾਲਣ ਮੇਰੀ ਭੈਣੇ, ਮੇਰਾ ਮੁੰਡਾ ਜਿਹੜਾ ਹੈ ਬਹੁਤ ਕਿਸਮਤ ਵਾਲਾ ਹੈ, ਭਾਗਾ ਭਰਿਆ ਹੈ। ਠੀਕ ਹੈ ਜੀ, ਤੇ ਇਹ ਸੀਗੀ ਲੋਕ ਗੀਤ ਦੀ ਐਕਸਪਲੇਨੇਸ਼ਨ। ਹੁਣ ਆਪਾਂ ਚਰਚਾ ਕਰਦੇ ਹਾਂ ਇਹਦੇ ਪ੍ਰਸ਼ਨ ਉੱਤਰ ਬਾਰੇ। ਚਲੋ ਸ਼ੁਰੂ ਕਰਦੇ ਹਾਂ। ਪਹਿਲਾ ਹੈਗਾ, ਹਰਿਆਣੀ ਮਾਲਣ ਕੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਵਿਸ਼ੇਸ਼ ਅਤੇ ਵਿਲੱਖਣ ਦੱਸਿਆ ਗਿਆ ਹੈ। ਠੀਕ ਹੈ, ਇਹਦੇ ਬਾਰੇ ਤੁਸੀਂ ਦੱਸਣਾ। ਤੇ ਮੈਂ ਇੱਥੇ ਲਿਖਿਆ, ਹਰਿਆਣੀ ਮਾਲਣ ਕੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਵਿਸ਼ੇਸ਼ ਅਤੇ ਵਿਲੱਖਣ ਦੱਸਿਆ ਗਿਆ ਜੋ ਭਾਗਾ ਭਰਿਆ ਹੈ। ਉਸਨੂੰ ਜੰਮਦਿਆਂ ਹੀ ਰੇਸ਼ਮ ਦੇ ਕੱਪੜਿਆਂ ਵਿੱਚ ਲਪੇਟਿਆ ਗਿਆ। ਤਾਈਆਂ ਮਾਈਆਂ ਅਤੇ ਸਕੀਆਂ ਭੈਣਾਂ ਉਸਨੂੰ ਕੁੱਛੜ ਚੁੱਕਦੀਆਂ ਸਨ, ਗੋਦੀ ਚੁੱਕਦੀਆਂ ਸਨ। ਹਰਿਆਣੀ ਮਾਲਣ ਘੋੜੀ ਵਿੱਚ ਮੁੰਡੇ ਦੇ ਜੰਮਣ ਉੱਤੇ ਕਿਹਨੂੰ ਕਿਹਨੂੰ ਅਤੇ ਕਿਹੜੇ ਕਿਹੜੇ ਤੋਹਫੇ ਦਿੱਤੇ ਗਏ? ਉੱਤਰ ਹੈਗਾ, ਹਰਿਆਣੀ ਮਾਲਣ ਘੋੜੀ ਵਿੱਚ ਮੁੰਡੇ ਦੇ ਜੰਮਣ ਤੇ ਦਾਈਆਂ ਤੇ ਮਾਈਆਂ ਨੂੰ 5-5 ਰੁਪਏ ਅਤੇ ਸਕੀਆਂ ਭੈਣਾਂ ਨੂੰ ਰੇਸ਼ਮ ਦਾ ਤੇਵਰ ਦਿੱਤਾ ਗਿਆ। ਅਗਲਾ,
ਹਰਿਆਂ ਦੀ ਮਾਲਣ ਘੋੜੀ ਵਿੱਚ ਮਾਲਣ ਨੇ ਵਿਆਂਦਰ ਲਈ ਕਿਸ ਪ੍ਰਕਾਰ ਦਾ ਵਿਸ਼ੇਸ਼ ਸਿਹਰਾ ਤਿਆਰ ਕੀਤਾ? ਉੱਤਰ ਹੈਗਾ, ਹਰਿਆਂ ਦੀ ਮਾਲਣ ਘੋੜੀ ਵਿੱਚ ਮਾਲਣ ਨੇ ਵਿਆਂਦਰ ਲਈ ਅਜਿਹਾ ਸਿਹਰਾ ਤਿਆਰ ਕੀਤਾ ਜਿਸ ਵਿੱਚ 1 ਲੱਖ ਦੇ ਚੰਬੇ ਦੇ ਫੁੱਲ ਅਤੇ 2 ਲੱਖ ਦੇ ਮਰੂਏ ਦੇ ਫੁੱਲ ਸਨ। ਸਿਹਰੇ ਦਾ ਮੁੱਲ 3 ਲੱਖ ਸੀ। ਅਗਲਾ, ਹਰਿਆਣੀ ਮਾਲਣ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਤੇ ਉਸੇ ਪਰਿਵਾਰ ਦੀ ਵਡਿਆਈ ਕਿਵੇਂ ਦੱਸੀ ਗਈ ਆ? ਉੱਤਰ ਹੈਗਾ, ਹਰਿਆਣੀ ਮਾਲਣ ਘੋੜੀ ਵਿੱਚ ਵਿਆਹੇ ਜਾਣ ਵਾਲਾ ਮੁੰਡਾ ਜਨਮ ਤੋਂ ਹੀ ਘਰ ਨੂੰ ਖੁਸ਼ਹਾਲੀ ਨਾਲ ਭਰਨ ਵਾਲਾ ਤੇ ਭਾਗਾ ਭਰਿਆ ਸੀ। ਉਸਦੇ ਜਨਮ ਉੱਤੇ ਦਾਈਆਂ ਤੇ ਮਾਈਆਂ ਨੂੰ 5-5 ਰੁਪਏ ਤੇ ਪੈੜਾਂ ਨੂੰ ਰੇਸ਼ਮ ਦਾ ਤੇਵਰ ਦਿੱਤਾ ਗਿਆ ਸੀ। ਮਾਲਣ ਜਿਹੜਾ ਸਹਿਰਾ ਵਿਆਂਦਰ ਮੁੰਡੇ ਲਈ ਗੁੰਦ ਕੇ ਲਿਆਈ ਸੀ ਉਹਦਾ ਮੁੱਲ ਵੀ 3 ਲੱਖ ਰੁਪਏ ਸੀ। ਤੇ ਅਸੀਂ ਅੱਜ ਦੀ ਕਲਾਸ ਨੂੰ, ਉਮੀਦ ਕਰਦੀ ਆ ਤੁਹਾਨੂੰ ਇਹ ਪ੍ਰਸ਼ਨ ਉੱਤਰ ਤੇ ਇਹ ਘੋੜੀ ਸਮਝ ਆ ਗਈ ਹੋਏਗੀ। ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।